ਪੜ੍ਹਾਈ ਦੇ ਤੌਰ 'ਤੇ ਕੈਨੇਡਾ ਜਾਣ ਦੇ ਇੱਛੁਕ ਭਾਰਤੀ ਵਿਦਿਆਰਥੀ ਨੂੰ ਹੁਣ ਬਿਨੈ ਪੱਤਰ ਜਮ੍ਹਾਂ ਕਰਵਾਉਣ ਤੋਂ ਬਾਅਦ ਕਰੀਬ 4 ਤੋਂ 6 ਮਹੀਨੇ ਤੱਕ ਇੰਤਜ਼ਾਰ ਕਰਨਾ ਪਵੇਗਾ। ਕੈਨੇਡਾ ਸਰਕਾਰ ਨੇ ਕੋਵਿਡ-19 ਦੇ ਕਾਰਨ ਵੀਜ਼ਾ ਨਿਯਮਾਂ ਵਿੱਚ ਇੱਕ ਵਾਰ ਫਿਰ ਬਦਲਾਅ ਕੀਤਾ ਹੈ। ਇਸ ਵਿੱਚ ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀ ਨੂੰ ਕੈਨੇਡਾ ਦੇ ਵਿੱਚ ਸਿਰਫ 4 ਏਅਰਪੋਰਟਾਂ 'ਤੇ ਹੀ ਲੈਂਡਿੰਗ ਦੀ ਇਜਾਜ਼ਤ ਹੋਵੇਗੀ। ਇਸ ਦੇ ਨਾਲ ਹੀ ਕੈਨੇਡਾ ਪਹੁੰਚਣ ਵਾਲੇ ਹਰ ਵਿਦਿਆਰਥੀ ਨੂੰ ਏਅਰਪੋਰਟ 'ਤੇ ਹੀ ਆਪਣਾ ਕਰੋਨਾ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ। ਨਵੇਂ ਨਿਯਮਾਂ ਦੇ ਤਹਿਤ ਕੈਨੇਡਾ ਪਹੁੰਚਣ ਵਾਲੇ ਹਰੇਕ ਵਿਦਿਆਰਥੀ ਨੂੰ ਸਰਕਾਰ ਵੱਲੋਂ ਤੈਅ ਕੀਤੇ ਗਏ ਸਥਾਨ 'ਤੇ ਕਰੀਬ 3 ਦਿਨ ਬਿਤਾਉਣੇ ਪੈਣਗੇ। 3 ਦਿਨਾਂ ਬਾਅਦ ਵਿਦਿਆਰਥੀ ਦੀ ਕਰੋਨਾ ਰਿਪੋਰਟ ਆਵੇਗੀ। ਜੇ ਰਿਪੋਰਟ ਨੈਗੇਟਿਵ ਆਈ ਤਾਂ ਬਾਕੀ ਦੇ 11 ਦਿਨ ਵਿਦਿਆਰਥੀ ਆਪਣੇ ਘਰ ਪਹੁੰਚ ਕੇ ਕੁਆਰੰਟੀਨ ਹੋ ਸਕਦਾ। ਜੇ ਰਿਪੋਰਟ ਪੋਜ਼ਿਟਿਵ ਆਈ ਤਾਂ ਸਰਕਾਰ ਵੱਲੋਂ ਤੈਅ ਕੀਤੇ ਗਏ ਸਥਾਨ 'ਤੇ ਹੀ ਵਿਦਿਆਰਥੀ ਨੂੰ 14 ਦਿਨ ਕੁਆਰੰਟਾਈਨ ਹੋਣਾ ਪਵੇਗਾ। ਉਹਨਾਂ ਨੇ ਦੱਸਿਆ ਕਿ ਕੋਵਿਡ-19 ਦੇ ਕਾਰਨ ਭਾਰੀ ਗਿਣਤੀ ਵਿੱਚ ਅੰਬੈਸੀ ਵਿੱਚ ਵਿਦਿਆਰਥੀਆਂ ਦੇ ਬਿਨੈ ਪੱਤਰਾਂ ਦੇ ਰਿਜ਼ਲਟ ਪੈਂਡਿੰਗ ਨੇ। ਅੱਜ ਹਰ ਕੋਈ ਵਿਦਿਆਰਥੀ ਵਿਦੇਸ਼ ਜਾਣ ਨੂੰ ਲੈ ਕੇ ਕਨਫਿਊਜ਼ ਹੈ ਕਿ ਉਹ ਕਿਹੜੇ ਇਨਟੇਕ ਦੇ ਵਿੱਚ ਅਪਲਾਈ ਕਰੇ। ਨਵੇਂ ਨਿਯਮਾਂ ਦੇ ਤਹਿਤ ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀ ਨੂੰ ਹੁਣ ਟਰੈਵਲਿੰਗ ਦੇ ਦੌਰਾਨ $2000 ਵੀ ਨਾਲ ਲਿਜਾਣੇ ਜ਼ਰੂਰੀ ਹੋਣਗੇ, ਜਿਸ ਨੂੰ ਵਿਦਿਆਰਥੀ ਦੇ ਕੋਵਿਡ ਟੈਸਟ ਅਤੇ ਉਸਦੇ ਕੁਆਰੰਟੀਨ ਦਾ ਖਰਚਾ ਦੱਸਿਆ ਜਾ ਰਿਹਾ ਹੈ, ਤਾਂ ਕਿ ਜੇਕਰ ਵਿਦਿਆਰਥੀ ਦੀ ਰਿਪੋਰਟ ਪੋਜ਼ਿਟਿਵ ਆਉਂਦੀ ਹੈ ਤਾਂ ਸਰਕਾਰ ਵੱਲੋਂ ਤੈਅ ਕੀਤੇ ਗਏ ਸਥਾਨ 'ਤੇ ਹੀ ਵਿਦਿਆਰਥੀ ਦੇ ਕੋਲ 9 ਦਿਨ ਬਿਤਾਉਣ ਲਈ ਕਰੀਬ $2000 ਹੋਣੇ ਚਾਹੀਦੇ ਨੇ। ਬਿਊਰੋ ਰਿਪੋਰਟ, ਆਵਾਜ਼ ਕਮ ਟੀਵੀ। ਪੜ੍ਹਾਈ ਦੇ ਤੌਰ 'ਤੇ ਕੈਨੇਡਾ ਜਾਣ ਦੇ ਇੱਛੁਕ ਭਾਰਤੀ ਵਿਦਿਆਰਥੀ ਨੂੰ ਹੁਣ ਬਿਨੈ ਪੱਤਰ ਜਮ੍ਹਾਂ ਕਰਵਾਉਣ ਤੋਂ ਬਾਅਦ ਕਰੀਬ 4 ਤੋਂ 6 ਮਹੀਨੇ ਤੱਕ ਇੰਤਜ਼ਾਰ ਕਰਨਾ ਪਵੇਗਾ। ਕੈਨੇਡਾ ਸਰਕਾਰ ਨੇ ਕੋਵਿਡ-19 ਦੇ ਕਾਰਨ ਵੀਜ਼ਾ ਨਿਯਮਾਂ ਵਿੱਚ ਇੱਕ ਵਾਰ ਫਿਰ ਬਦਲਾਅ ਕੀਤਾ ਹੈ। ਇਸ ਵਿੱਚ ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀ ਨੂੰ ਕੈਨੇਡਾ ਦੇ ਵਿੱਚ ਸਿਰਫ 4 ਏਅਰਪੋਰਟਾਂ 'ਤੇ ਹੀ ਲੈਂਡਿੰਗ ਦੀ ਇਜਾਜ਼ਤ ਹੋਵੇਗੀ। ਇਸ ਦੇ ਨਾਲ ਹੀ ਕੈਨੇਡਾ ਪਹੁੰਚਣ ਵਾਲੇ ਹਰ ਵਿਦਿਆਰਥੀ ਨੂੰ ਏਅਰਪੋਰਟ 'ਤੇ ਹੀ ਆਪਣਾ ਕਰੋਨਾ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ। ਨਵੇਂ ਨਿਯਮਾਂ ਦੇ ਤਹਿਤ ਕੈਨੇਡਾ ਪਹੁੰਚਣ ਵਾਲੇ ਹਰੇਕ ਵਿਦਿਆਰਥੀ ਨੂੰ ਸਰਕਾਰ ਵੱਲੋਂ ਤੈਅ ਕੀਤੇ ਗਏ ਸਥਾਨ 'ਤੇ ਕਰੀਬ 3 ਦਿਨ ਬਿਤਾਉਣੇ ਪੈਣਗੇ। 3 ਦਿਨਾਂ ਬਾਅਦ ਵਿਦਿਆਰਥੀ ਦੀ ਕਰੋਨਾ ਰਿਪੋਰਟ ਆਵੇਗੀ। ਜੇ ਰਿਪੋਰਟ ਨੈਗੇਟਿਵ ਆਈ ਤਾਂ ਬਾਕੀ ਦੇ 11 ਦਿਨ ਵਿਦਿਆਰਥੀ ਆਪਣੇ ਘਰ ਪਹੁੰਚ ਕੇ ਕੁਆਰੰਟੀਨ ਹੋ ਸਕਦਾ। ਜੇ ਰਿਪੋਰਟ ਪੋਜ਼ਿਟਿਵ ਆਈ ਤਾਂ ਸਰਕਾਰ ਵੱਲੋਂ ਤੈਅ ਕੀਤੇ ਗਏ ਸਥਾਨ 'ਤੇ ਹੀ ਵਿਦਿਆਰਥੀ ਨੂੰ 14 ਦਿਨ ਕੁਆਰੰਟਾਈਨ ਹੋਣਾ ਪਵੇਗਾ। ਉਹਨਾਂ ਨੇ ਦੱਸਿਆ ਕਿ ਕੋਵਿਡ-19 ਦੇ ਕਾਰਨ ਭਾਰੀ ਗਿਣਤੀ ਵਿੱਚ ਅੰਬੈਸੀ ਵਿੱਚ ਵਿਦਿਆਰਥੀਆਂ ਦੇ ਬਿਨੈ ਪੱਤਰਾਂ ਦੇ ਰਿਜ਼ਲਟ ਪੈਂਡਿੰਗ ਨੇ। ਅੱਜ ਹਰ ਕੋਈ ਵਿਦਿਆਰਥੀ ਵਿਦੇਸ਼ ਜਾਣ ਨੂੰ ਲੈ ਕੇ ਕਨਫਿਊਜ਼ ਹੈ ਕਿ ਉਹ ਕਿਹੜੇ ਇਨਟੇਕ ਦੇ ਵਿੱਚ ਅਪਲਾਈ ਕਰੇ। ਨਵੇਂ ਨਿਯਮਾਂ ਦੇ ਤਹਿਤ ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀ ਨੂੰ ਹੁਣ ਟਰੈਵਲਿੰਗ ਦੇ ਦੌਰਾਨ $2000 ਵੀ ਨਾਲ ਲਿਜਾਣੇ ਜ਼ਰੂਰੀ ਹੋਣਗੇ, ਜਿਸ ਨੂੰ ਵਿਦਿਆਰਥੀ ਦੇ ਕੋਵਿਡ ਟੈਸਟ ਅਤੇ ਉਸਦੇ ਕੁਆਰੰਟੀਨ ਦਾ ਖਰਚਾ ਦੱਸਿਆ ਜਾ ਰਿਹਾ ਹੈ, ਤਾਂ ਕਿ ਜੇਕਰ ਵਿਦਿਆਰਥੀ ਦੀ ਰਿਪੋਰਟ ਪੋਜ਼ਿਟਿਵ ਆਉਂਦੀ ਹੈ ਤਾਂ ਸਰਕਾਰ ਵੱਲੋਂ ਤੈਅ ਕੀਤੇ ਗਏ ਸਥਾਨ 'ਤੇ ਹੀ ਵਿਦਿਆਰਥੀ ਦੇ ਕੋਲ 9 ਦਿਨ ਬਿਤਾਉਣ ਲਈ ਕਰੀਬ $2000 ਹੋਣੇ ਚਾਹੀਦੇ ਨੇ। ਬਿਊਰੋ ਰਿਪੋਰਟ, ਆਵਾਜ਼ ਕਮ ਟੀਵੀ।